ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਦਵਿੰਦਰ ਮੰਡ। ਹਸ਼ਰ ਫਿਲਮ 2008 ਦੇ ਵਿੱਚ ਆਈ ਸੀ ਤਾਂ ਉਸਦਾ ਇੱਕ ਕਿਰਦਾਰ ਬਹੁਤ ਵਾਇਰਲ ਹੋਇਆ ਸੀ ਜਿਸਦਾ ਨਾਮ ਸੀ ਕਾਕਾ ਮਨਿੰਦਰ ਵੈਲੀ। ਅੱਜ ਕੱਲ੍ਹ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਚੰਡੀਗੜ੍ਹ ਦੇ ਵਿੱਚ ਉਹ ਆਪਣੀ ਇੱਕ ਕਾਰ ਚਲਾ ਰਿਹਾ, ਇੱਕ ਫੂਡ ਕੋਰਟ ਚਲਾ ਰਿਹਾ। ਮਨਿੰਦਰ ਵੈਲੀ ਜਾਣੀ ਕਿ ਕਾਕਾ, ਹਸ਼ਰ ਫਿਲਮ ਵਾਲਾ ਉਹ ਕਾਕਾ ਜਿਸਦਾ ਕਿਰਦਾਰ ਬਹੁਤ ਲੋਕਾਂ ਨੇ ਪਸੰਦ ਕੀਤਾ ਸੀ, ਤਾਂ ਇਹਨੀ ਦਿਨੀ ਕਾਫੀ ਵਾਇਰਲ ਹੋ ਰਿਹਾ। ਦੈਨਿਕ ਸਵੇਰਾ ਵੱਲੋਂ ਵੀ ਉਹਦੀ ਇੱਕ ਇੰਟਰਵਿਊ ਕੀਤੀ ਗਈ ਆ, ਔਰ ਵੱਡੀ ਗੱਲ ਇਹ ਹੈ ਕਿ ਸਭ ਲੋਕ ਇਹੀ ਕਹਿ ਰਹੇ ਨੇ ਕਿ ਫਿਲਮਾਂ ਛੱਡ ਕੇ ਉਹ ਇਸ ਕੰਮ ਵੱਲ ਕਿਉਂ ਤੁਰ ਪਿਆ, ਕਿਉਂਕਿ ਉਹਨਾਂ ਦਾ ਵੀ ਕਹਿਣਾ ਕਿ ਇਹ ਜਿਹੜਾ ਮੇਰਾ ਕੰਮ ਹੈ ਫਿਲਮਾਂ ਵਾਲਾ ਵੀ ਨਾਲ ਦੀ ਨਾਲ ਥੋੜ੍ਹਾ ਬਹੁਤਾ ਚੱਲਦਾ ਪਿਆ, ਔਰ ਕਿਰਤ ਤਾਂ ਮੈਂ ਕਰਨੀ ਇਸ ਕਰਕੇ ਮੈਂ ਆਪਣਾ ਜਿਹੜਾ ਫੂਡ ਕੋਰਟ ਚਲਾ ਰਿਹਾ। ਸੋ ਇੱਕ ਪੋਸਟ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ, ਪੰਜਾਬੀ ਅਦਾਕਾਰ ਜੈ ਰੰਧਾਵਾ, ਕਿਉਂਕਿ ਕਾਕੇ ਨੂੰ ਕਿਤੇ ਨਾ ਕਿਤੇ ਫਿਲਮਾਂ ਦੇ ਵਿੱਚ ਕੰਮ ਮਿਲਣਾ ਘੱਟ ਹੋ ਗਿਆ ਸੀ, ਤਾਂ ਉਸਦੀ ਸਪੋਰਟ ਦੇ ਵਿੱਚ ਆਏ ਨੇ ਪੰਜਾਬੀ ਅਦਾਕਾਰ ਜੈ ਰੰਧਾਵਾ। ਜੈ ਰੰਧਾਵਾ ਨੇ ਕਮੈਂਟ ਕੀਤਾ ਇੱਕ ਪੋਸਟ ਦੇ ਵਿੱਚ, ਉਹਨਾਂ ਨੇ ਕਿਹਾ ਕਿ ਵੀਰੇ ਅਗਲੀ ਫਿਲਮ 'ਚ ਕਰਦੇ ਇਕੱਠੇ ਕੰਮ। ਸੋ ਵੱਡੀ ਸਪੋਰਟ ਕੀਤੀ ਗਈ ਹੈ ਕਾਕੇ ਦੀ, ਹਸ਼ਰ ਫਿਲਮ ਵਾਲੇ ਕਾਕੇ ਦੀ, ਜੋ ਕਿਰਦਾਰ ਲੋਕਾਂ ਨੇ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਸੀ, ਤਾਂ ਜੈ ਰੰਧਾਵਾ ਉਹਨਾਂ ਦੀ ਸਪੋਰਟ ਦੇ ਵਿੱਚ ਪਹੁੰਚੇ ਨੇ। ਉਹਨਾਂ ਨੇ ਕਿਹਾ ਕਿ ਅਗਲੀ ਫਿਲਮ ਦੇ ਵਿੱਚ ਅਸੀਂ ਇਕੱਠੇ ਕੰਮ ਕਰਾਂਗੇ। ਸੋ ਕਿਤੇ ਨਾ ਕਿਤੇ ਜੈ ਰੰਧਾਵਾ ਦਾ ਇਹ ਰੂਪ ਸਾਨੂੰ ਬਹੁਤ ਵਾਰ ਦੇਖਣ ਨੂੰ ਮਿਲਿਆ, ਜਦੋਂ ਕੋਈ ਨਾ ਕੋਈ ਅਦਾਕਾਰ ਜਾਂ ਕੋਈ ਉਹਨਾਂ ਦਾ ਫੈਨ ਕਿਸੇ ਦੁਵਿਧਾ ਵਿੱਚ ਫਸਿਆ ਹੁੰਦਾ ਜਾਂ ਉਹਨੂੰ ਕਿਸੇ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ, ਤਾਂ ਜੈ ਰੰਧਾਵਾ ਪਹਿਲਾਂ ਪਹੁੰਚ ਕੇ ਉਸ ਫੈਨ ਦੀ ਜਾਂ ਫਿਰ ਕਿਸੇ ਵੀ ਬੰਦੇ ਦੀ ਮਦਦ ਜ਼ਰੂਰ ਕਰਦੇ ਨੇ। ਤਾਂ ਇੱਕ ਵਾਰ ਹਸ਼ਰ ਫਿਲਮ ਵਾਲੇ ਕਾਕੇ ਦੀ ਉਹਨਾਂ ਨੇ ਮਦਦ ਕੀਤੀ ਹੈ, ਮਦਦ ਕਰਨ ਲਈ ਉਹ ਅੱਗੇ ਆਏ ਨੇ। ਉਹਨਾਂ ਨੇ ਕਿਹਾ ਕਿ ਅਗਲੀ ਫਿਲਮ 'ਚ ਅਸੀਂ ਇਕੱਠੇ ਕੰਮ ਕਰਾਂਗੇ। ਸੋ ਵੱਡੀ ਸਪੋਰਟ ਕੀਤੀ ਗਈ ਹੈ ਕਿਉਂਕਿ ਕਿਤੇ ਨਾ ਕਿਤੇ ਥੱਲੇ ਲੋਕ ਕਮੈਂਟ ਇਹ ਵੀ ਕਰਦੇ ਪਏ ਨੇ ਕਿ ਬੱਬੂ ਮਾਨ ਜਦੋਂ ਵੀ ਹਸ਼ਰ ਫਿਲਮ ਬਣਾਉਣ, ਹਸ਼ਰ 2 ਬਣਾਉਣ, ਤਾਂ ਕਾਕੇ ਨੂੰ ਇਸ ਫਿਲਮ ਦੇ ਵਿੱਚ ਜ਼ਰੂਰ ਲੈਣ, ਕਿਉਂਕਿ ਇਸ ਵਕਤ ਜੇ ਦੇਖਿਆ ਜਾਵੇ ਉਹ ਆਪਣੀ ਇੱਕ ਰੇੜੀ ਲਾ ਰਹੇ ਨੇ ਚੰਡੀਗੜ੍ਹ ਮੋਹਾਲੀ ਦੇ ਵਿੱਚ, ਅਤੇ ਉੱਥੇ ਹੀ ਆਪਣੀ ਕਿਰਤ ਕਰਦੇ ਪਏ ਨੇ। ਕਾਫੀ ਮੀਡੀਆ ਪਰਸਨ ਉੱਥੇ ਪਹੁੰਚੇ ਸੀ, ਉਹਨਾਂ ਨੇ ਇੰਟਰਵਿਊ ਕੀਤੀ, ਦੈਨਿਕ ਸਵੇਰਾ ਨੇ ਵੀ ਸਭ ਤੋਂ ਪਹਿਲਾਂ ਇੰਟਰਵਿਊ ਕੀਤੀ ਔਰ ਤਮਾਮ ਗੱਲਾਂ ਬਾਤਾਂ ਕੀਤੀਆਂ। ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਵਾਰ ਮੇਰਾ ਐਕਸੀਡੈਂਟ ਹੋ ਗਿਆ ਸੀ ਸ਼ੂਟ ਦੌਰਾਨ, ਤਾਂ ਰਵਿੰਦਰ ਗਰੇਵਾਲ ਜੀ ਨੇ ਮਦਦ ਕੀਤੀ ਸੀਗੀ, ਤਾਂ ਹੁਣ ਜੈ ਰੰਧਾਵਾ ਉਹਨਾਂ ਦੀ ਮਦਦ ਵਾਸਤੇ ਅੱਗੇ ਪਹੁੰਚੇ ਨੇ। ਉਹਨਾਂ ਨੇ ਕਿਹਾ ਕਿ ਅਗਲੀ ਫਿਲਮ 'ਚ ਅਸੀਂ ਇਕੱਠੇ ਕੰਮ ਕਰਾਂਗੇ। ਸੋ ਇਹ ਦੇਖਣਾ ਹੋਵੇਗਾ ਕਿ ਅਗਲੀ ਫਿਲਮ ਜੈ ਰੰਧਾਵਾ ਦੀ ਕਿਹੜੀ ਹੁੰਦੀ ਹੈ, ਕਿਹੜੀ ਫਿਲਮ ਦੇ ਵਿੱਚ ਕਾਕੇ ਨੂੰ ਆਪਣੀ ਫਿਲਮ ਦੇ ਵਿੱਚ ਨਾਲ ਲੈਣਗੇ। ਸੋ ਕਮੈਂਟ ਕਰਕੇ ਜ਼ਰੂਰ ਦੱਸਿਓ, ਐਪਰੀਸ਼ੀਏਟ ਕਰਨਾ ਚਾਹੀਦਾ ਜੈ ਰੰਧਾਵਾ ਦੇ ਇਸ ਕੰਮ ਨੂੰ। ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਜੈ ਰੰਧਾਵਾ ਵੱਲੋਂ ਜੋ ਕੰਮ ਕੀਤਾ ਗਿਆ ਕਾਬਿਲ ਤਾਰੀਫ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਦਵਿੰਦਰ ਮੰਡ। ਹਸ਼ਰ ਫਿਲਮ 2008 ਦੇ ਵਿੱਚ ਆਈ ਸੀ ਤਾਂ ਉਸਦਾ ਇੱਕ ਕਿਰਦਾਰ ਬਹੁਤ ਵਾਇਰਲ ਹੋਇਆ ਸੀ ਜਿਸਦਾ ਨਾਮ ਸੀ ਕਾਕਾ ਮਨਿੰਦਰ ਵੈਲੀ। ਅੱਜ ਕੱਲ੍ਹ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਚੰਡੀਗੜ੍ਹ ਦੇ ਵਿੱਚ ਉਹ ਆਪਣੀ ਇੱਕ ਕਾਰ ਚਲਾ ਰਿਹਾ, ਇੱਕ ਫੂਡ ਕੋਰਟ ਚਲਾ ਰਿਹਾ। ਮਨਿੰਦਰ ਵੈਲੀ ਜਾਣੀ ਕਿ ਕਾਕਾ, ਹਸ਼ਰ ਫਿਲਮ ਵਾਲਾ ਉਹ ਕਾਕਾ ਜਿਸਦਾ ਕਿਰਦਾਰ ਬਹੁਤ ਲੋਕਾਂ ਨੇ ਪਸੰਦ ਕੀਤਾ ਸੀ, ਤਾਂ ਇਹਨੀ ਦਿਨੀ ਕਾਫੀ ਵਾਇਰਲ ਹੋ ਰਿਹਾ। ਦੈਨਿਕ ਸਵੇਰਾ ਵੱਲੋਂ ਵੀ ਉਹਦੀ ਇੱਕ ਇੰਟਰਵਿਊ ਕੀਤੀ ਗਈ ਆ, ਔਰ ਵੱਡੀ ਗੱਲ ਇਹ ਹੈ ਕਿ ਸਭ ਲੋਕ ਇਹੀ ਕਹਿ ਰਹੇ ਨੇ ਕਿ ਫਿਲਮਾਂ ਛੱਡ ਕੇ ਉਹ ਇਸ ਕੰਮ ਵੱਲ ਕਿਉਂ ਤੁਰ ਪਿਆ, ਕਿਉਂਕਿ ਉਹਨਾਂ ਦਾ ਵੀ ਕਹਿਣਾ ਕਿ ਇਹ ਜਿਹੜਾ ਮੇਰਾ ਕੰਮ ਹੈ ਫਿਲਮਾਂ ਵਾਲਾ ਵੀ ਨਾਲ ਦੀ ਨਾਲ ਥੋੜ੍ਹਾ ਬਹੁਤਾ ਚੱਲਦਾ ਪਿਆ, ਔਰ ਕਿਰਤ ਤਾਂ ਮੈਂ ਕਰਨੀ ਇਸ ਕਰਕੇ ਮੈਂ ਆਪਣਾ ਜਿਹੜਾ ਫੂਡ ਕੋਰਟ ਚਲਾ ਰਿਹਾ। ਸੋ ਇੱਕ ਪੋਸਟ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ, ਪੰਜਾਬੀ ਅਦਾਕਾਰ ਜੈ ਰੰਧਾਵਾ, ਕਿਉਂਕਿ ਕਾਕੇ ਨੂੰ ਕਿਤੇ ਨਾ ਕਿਤੇ ਫਿਲਮਾਂ ਦੇ ਵਿੱਚ ਕੰਮ ਮਿਲਣਾ ਘੱਟ ਹੋ ਗਿਆ ਸੀ, ਤਾਂ ਉਸਦੀ ਸਪੋਰਟ ਦੇ ਵਿੱਚ ਆਏ ਨੇ ਪੰਜਾਬੀ ਅਦਾਕਾਰ ਜੈ ਰੰਧਾਵਾ। ਜੈ ਰੰਧਾਵਾ ਨੇ ਕਮੈਂਟ ਕੀਤਾ ਇੱਕ ਪੋਸਟ ਦੇ ਵਿੱਚ, ਉਹਨਾਂ ਨੇ ਕਿਹਾ ਕਿ ਵੀਰੇ ਅਗਲੀ ਫਿਲਮ 'ਚ ਕਰਦੇ ਇਕੱਠੇ ਕੰਮ। ਸੋ ਵੱਡੀ ਸਪੋਰਟ ਕੀਤੀ ਗਈ ਹੈ ਕਾਕੇ ਦੀ, ਹਸ਼ਰ ਫਿਲਮ ਵਾਲੇ ਕਾਕੇ ਦੀ, ਜੋ ਕਿਰਦਾਰ ਲੋਕਾਂ ਨੇ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਸੀ, ਤਾਂ ਜੈ ਰੰਧਾਵਾ ਉਹਨਾਂ ਦੀ ਸਪੋਰਟ ਦੇ ਵਿੱਚ ਪਹੁੰਚੇ ਨੇ। ਉਹਨਾਂ ਨੇ ਕਿਹਾ ਕਿ ਅਗਲੀ ਫਿਲਮ ਦੇ ਵਿੱਚ ਅਸੀਂ ਇਕੱਠੇ ਕੰਮ ਕਰਾਂਗੇ। ਸੋ ਕਿਤੇ ਨਾ ਕਿਤੇ ਜੈ ਰੰਧਾਵਾ ਦਾ ਇਹ ਰੂਪ ਸਾਨੂੰ ਬਹੁਤ ਵਾਰ ਦੇਖਣ ਨੂੰ ਮਿਲਿਆ, ਜਦੋਂ ਕੋਈ ਨਾ ਕੋਈ ਅਦਾਕਾਰ ਜਾਂ ਕੋਈ ਉਹਨਾਂ ਦਾ ਫੈਨ ਕਿਸੇ ਦੁਵਿਧਾ ਵਿੱਚ ਫਸਿਆ ਹੁੰਦਾ ਜਾਂ ਉਹਨੂੰ ਕਿਸੇ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ, ਤਾਂ ਜੈ ਰੰਧਾਵਾ ਪਹਿਲਾਂ ਪਹੁੰਚ ਕੇ
ਉਸ ਫੈਨ ਦੀ ਜਾਂ ਫਿਰ ਕਿਸੇ ਵੀ ਬੰਦੇ ਦੀ ਮਦਦ ਜ਼ਰੂਰ ਕਰਦੇ ਨੇ। ਤਾਂ ਇੱਕ ਵਾਰ ਹਸ਼ਰ ਫਿਲਮ ਵਾਲੇ ਕਾਕੇ ਦੀ ਉਹਨਾਂ ਨੇ ਮਦਦ ਕੀਤੀ ਹੈ, ਮਦਦ ਕਰਨ ਲਈ ਉਹ ਅੱਗੇ ਆਏ ਨੇ। ਉਹਨਾਂ ਨੇ ਕਿਹਾ ਕਿ ਅਗਲੀ ਫਿਲਮ 'ਚ ਅਸੀਂ ਇਕੱਠੇ ਕੰਮ ਕਰਾਂਗੇ। ਸੋ ਵੱਡੀ ਸਪੋਰਟ ਕੀਤੀ ਗਈ ਹੈ, ਕਿਉਂਕਿ ਕਿਤੇ ਨਾ ਕਿਤੇ ਥੱਲੇ ਲੋਕ ਕਮੈਂਟ ਇਹ ਵੀ ਕਰਦੇ ਪਏ ਨੇ ਕਿ ਬੱਬੂ ਮਾਨ ਜਦੋਂ ਵੀ ਹਸ਼ਰ ਫਿਲਮ ਬਣਾਉਣ, ਹਸ਼ਰ 2 ਬਣਾਉਣ, ਤਾਂ ਕਾਕੇ ਨੂੰ ਇਸ ਫਿਲਮ ਦੇ ਵਿੱਚ ਜ਼ਰੂਰ ਲੈਣ, ਕਿਉਂਕਿ ਇਸ ਵਕਤ ਜੇ ਦੇਖਿਆ ਜਾਵੇ ਉਹ ਆਪਣੀ ਇੱਕ ਰੇਹੜੀ ਲਾ ਰਹੇ ਨੇ ਚੰਡੀਗੜ੍ਹ ਮੋਹਾਲੀ ਦੇ ਵਿੱਚ, ਅਤੇ ਉੱਥੇ ਹੀ ਆਪਣੀ ਕਿਰਤ ਕਰਦੇ ਪਏ ਨੇ। ਕਾਫੀ ਮੀਡੀਆ ਪਰਸਨ ਉੱਥੇ ਪਹੁੰਚੇ ਸੀ, ਉਹਨਾਂ ਨੇ ਇੰਟਰਵਿਊ ਕੀਤੀ, ਦੈਨਿਕ ਸਵੇਰਾ ਨੇ ਵੀ ਸਭ ਤੋਂ ਪਹਿਲਾਂ ਇੰਟਰਵਿਊ ਕੀਤੀ ਔਰ ਤਮਾਮ ਗੱਲਾਂ ਬਾਤਾਂ ਕੀਤੀਆਂ। ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਵਾਰ ਮੇਰਾ ਐਕਸੀਡੈਂਟ ਹੋ ਗਿਆ ਸੀ ਸ਼ੂਟ ਦੌਰਾਨ, ਤਾਂ ਰਵਿੰਦਰ ਗਰੇਵਾਲ ਜੀ ਨੇ ਮਦਦ ਕੀਤੀ ਸੀਗੀ, ਤਾਂ ਹੁਣ ਜੈ ਰੰਧਾਵਾ ਉਹਨਾਂ ਦੀ ਮਦਦ ਵਾਸਤੇ ਅੱਗੇ ਪਹੁੰਚੇ ਨੇ। ਉਹਨਾਂ ਨੇ ਕਿਹਾ ਕਿ ਅਗਲੀ ਫਿਲਮ 'ਚ ਅਸੀਂ ਇਕੱਠੇ ਕੰਮ ਕਰਾਂਗੇ। ਸੋ ਇਹ ਦੇਖਣਾ ਹੋਵੇਗਾ ਕਿ ਅਗਲੀ ਫਿਲਮ ਜੈ ਰੰਧਾਵਾ ਦੀ ਕਿਹੜੀ ਹੁੰਦੀ ਹੈ, ਕਿਹੜੀ ਫਿਲਮ ਦੇ ਵਿੱਚ ਕਾਕੇ ਨੂੰ ਆਪਣੀ ਫਿਲਮ ਦੇ ਵਿੱਚ ਨਾਲ ਲੈਣਗੇ। ਸੋ ਕਮੈਂਟ ਕਰਕੇ ਜ਼ਰੂਰ ਦੱਸਿਓ, ਐਪਰੀਸ਼ੀਏਟ ਕਰਨਾ ਚਾਹੀਦਾ ਜੈ ਰੰਧਾਵਾ ਦੇ ਇਸ ਕੰਮ ਨੂੰ। ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਜੈ ਰੰਧਾਵਾ ਵੱਲੋਂ ਜੋ ਕੰਮ ਕੀਤਾ ਗਿਆ ਹੈ ਕਾਬਿਲੇ ਤਾਰੀਫ ਹੈ।